ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਮੇਰੇ ਨਾਲ ਬਹੁਤ ਹੀ ਮਹੱਤਵਪੂਰਨ ਟੌਪਿਕ 'ਤੇ ਅੱਜ ਗੱਲ ਕਰਨਗੇ ਤੀਰਥ ਸਿੰਘ ਪਨੈਕਲ, ਜਿਹੜੇ ਕਿ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ। ਰਿਫਿਊਜ਼ ਕੇਸਿਸ ਨੂੰ PPR ਦਿਵਾਉਣ ਦੇ ਬਾਦਸ਼ਾਹ, ਔਰ ਹੁਣ ਵਿਜ਼ਟਰ ਵੀਜ਼ਾ ਵੀ ਦਵਾ ਰਹੇ ਨੇ, ਭਾਵੇਂ ਸਪਾਊਸ ਹੈ ਉਹਨਾਂ ਨੂੰ ਵੀ ਵਿਜ਼ਟਰ ਵੀਜ਼ਾ। ਔਰ ਬਹੁਤ ਮਹੱਤਵਪੂਰਨ ਟੌਪਿਕ ਹੈ। ਤੀਰਥ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੀਰਥ ਜੀ, ਇੱਕ ਵਿਸ਼ਾ ਬੜਾ ਮਹੱਤਵਪੂਰਨ ਹੈ। ਆਮ ਚਰਚਾਵਾਂ ਨੇ ਕਹਿੰਦੇ ਬਸ ਇਸੇ ਕੋਰਸ ਨੂੰ PR ਮਿਲਣੀ ਹੈ। ਇਹ ਤਾਂ ਗੱਲ ਸਾਫ਼ ਹੈ ਕਿ ਕੈਨੇਡਾ ਦੇ ਵਿੱਚ ਹੁਣ PR ਦੇ ਲਈ ਚੰਗਾ ਕੋਰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਕਈ ਕੰਸਲਟੈਂਟ ਲਗਭਗ ਜਿਹੜਾ ਕੋਰਸ ਵਿਦਿਆਰਥੀ ਪੁੱਛਦਾ ਅਤੇ ਕੰਸਲਟੈਂਟ ਵਿਦਿਆਰਥੀ ਨੂੰ ਕਹਿੰਦਾ ਕਿ ਹਾਂ ਇਸੇ ਕੋਰਸ 'ਤੇ PR ਹੋਣੀ ਹੈ, ਇਹ ਭੰਬਲ ਭੂਸਾ ਕੀ ਹੈ? ਸਥਿਤੀ ਜ਼ਰਾ ਸਪਸ਼ਟ ਕਰਿਓ, ਤੁਹਾਡੇ ਐਨਾਲਿਸਿਸ ਦੇ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਊਗਾ। ਆਖਿਰ ਕਿਹੜੇ ਕੋਰਸਿਸ ਨੂੰ PR ਮਿਲਣੀ ਹੈ ਅਤੇ ਕੀ ਸਾਰਿਆਂ ਨੂੰ ਮਿਲਣੀ ਹੈ? ਇੰਪੋਰਟੈਂਟ ਸਵਾਲ ਹੈ ਸਰ, ਜਿਹੜਾ ਤੁਸੀਂ ਜਿਹੜਾ ਪੁੱਛਿਆ ਹੈਗਾ ਨਾ, ਕਿਹੜਾ ਕੋਰਸ ਲੈ ਕੇ ਜੀ। ਅਤੇ ਬਿਲਕੁਲ, ਜਿਹੜੇ ਪੇਰੈਂਟਸ ਨੇ ਆਪਣੀ ਸਾਰੀ ਉਮਰ ਦੀ ਕਮਾਈ ਖਾਸ ਤੌਰ 'ਤੇ ਆਪਣੇ ਬੱਚਿਆਂ 'ਤੇ ਲਾਉਣੀ ਨਾ, ਬੱਚੇ ਸਭ ਕੁਝ ਹੈਗੇ ਆ, ਅਤੇ ਉਹ ਚਾਹੁੰਦੇ ਆ ਕਿ ਗਲਤੀ ਨਾ ਕੁਛ ਹੋ ਜਾਵੇ, ਬੜਾ ਸੋਚ ਸਮਝ ਕੇ ਲਿਆ। ਸੋ ਇਸ ਵੇਲੇ ਬੱਚਿਆਂ ਨੂੰ ਜਿਹੜੇ ਕੋਰਸਿਸ ਦਿੱਤੇ ਜਾ ਰਹੇ ਆ ਨਾ, ਜਿਹੜਾ ਇੱਕੋ ਚੀਜ਼ ਮੈਂ ਤਾਂ ਕਹੂੰਗਾ ਨਾ, ਸਾਡੇ ਤਕਰੀਬਨ ਖਾਸ ਤੌਰ 'ਤੇ ਸਾਡੇ ਵਿੱਚ ਕੀ ਚੀਜ਼ ਇੱਕ ਕੋਮਨ ਆ ਕਿ ਜਦੋਂ ਇੱਕ ਪਾਸੇ ਹੋ ਜਾਂਦਾ ਨਾ, ਸਾਰੇ ਹੀ ਆਉਣ ਤੁਰਨਾ ਸ਼ੁਰੂ ਹੋ ਜਾਂਦੇ ਕਿ ਬਸ ਆਹੀ ਆਹੀ ਰਹਿ ਗਿਆ, ਬਸ ਇੱਧਰ ਨੂੰ ਹੀ ਹੋਣਾ, ਆਹੀ ਚੀਜ਼ ਚੱਲਣੀ ਪੈਣੀ ਆ। ਜਿਹੜੀ ਕਿ ਸਭ ਤੋਂ ਵੱਡੀ ਗੱਲ ਤਾਂ ਕਦੀ ਆਪਾਂ ਆਪਣੇ ਰਾਹ ਨਹੀਂ ਲੱਭਦੇ, ਕਦੀ ਆਪਾਂ ਆਪਣੀ ਨਵੀਂ ਖੋਜ ਨਹੀਂ ਲੱਭਦੇ, ਆਪਾਂ ਸਿਰਫ ਅਤੇ ਸਿਰਫ ਜਿੱਧਰ ਦੁਨੀਆ ਚੱਲ ਰਹੀ ਉੱਧਰਲੇ ਪਾਸੇ, ਜਿੱਧਰ ਜਾਂ ਸਾਨੂੰ ਤੋਰਿਆ ਜਾਂਦਾ ਆਪਾਂ ਉੱਧਰਲੇ ਪਾਸੇ ਤੁਰ ਪੈਂਦੇ ਹਾਂ। ਅਤੇ ਮੈਂ ਇਸ ਚੀਜ਼ ਦੇ ਸ਼ੁਰੂ ਤੋਂ ਅਗੇਂਸਟ ਹਾਂ। ਮੈਂ ਤਾਂ ਕਹਿੰਦਾ ਹੁੰਦਾ ਕਿ ਜੇ ਜ਼ਿੰਦਗੀ 'ਚ ਕੁਛ ਅਲੱਗ ਕਰਨਾ, ਸਿਰਾ ਲਾਉਣਾ ਵਾ ਨਾ, ਅਤੇ ਤੁਹਾਨੂੰ ਆਪਣੇ ਰਸਤੇ ਆਪ ਬਣਾਉਣੇ ਚਾਹੀਦੇ ਆ। ਸੋ ਆ ਜਿਹੜੀਆਂ ਇਸ ਵੇਲੇ 'ਚ ਅੱਜ ਮੈਂ ਗੱਲ ਵੀ ਕਰਨਾ, ਹੈਲਥ ਕੇਅਰ ਸਕਿੱਲਡ ਦੇ ਕੋਰਸਿਸ ਲਓ ਤਾਂ PR ਆਊਗੀ, ਸਾਰਾ ਕੁਛ ਕਿਹਾ ਜਾਂਦਾ ਵਾ ਸਾਰਾ ਕੁਛ। ਤੋ ਮੈਂ ਇਸ ਚੀਜ਼ਾਂ ਦੇ ਹਾਂ ਹੱਕ 'ਚ ਹਾਂ, ਠੀਕ ਆ, ਇਸ ਵੇਲੇ ਮਿਲ ਰਹੀ ਆ, ਪਰ ਕੀ ਪਤਾ ਜਦੋਂ ਤੁਹਾਡੇ ਬੱਚੇ ਨੇ ਪੜ੍ਹਾਈ ਪੂਰੀ ਕਰ ਲੈਣੀ ਉਦੋਂ ਕਿਹੜੇ ਰਾਜਾ ਦੀ ਪ੍ਰਜਾ ਆਉਣੀ ਹੈ? ਫਿਰ ਦੱਸੋ ਕੀ ਕਰੋਗੇ? ਆਉਂਗੇ ਉਸ ਬੰਦੇ ਕੋਲ, ਉਹਨੇ ਤਾਂ ਮੂੰਹ ਹਿਲਾ ਦੇਣਾ ਜੀ ਮੈਂ ਤਾਂ ਉਦੋਂਲੇ ਵਾਸਤੇ ਸਲਾਹ ਦਿੱਤੀ ਸੀਗੀ। ਸੋ ਮੈਂ ਤਾਂ ਕਹਿੰਦਾ ਕਿ ਚੀਜ਼ ਉਹ ਭਰੋ, ਤੁਹਾਡਾ ਬੱਚਾ ਹਜੇ ਕੋਰਾ ਕਾਗਜ਼ ਆ ਇਸ ਵੇਲੇ, ਆ ਇਸ ਵੇਲੇ ਪਲੇਨ ਪੇਪਰ ਆ, ਜੋ ਮਰਜ਼ੀ ਮੈਂ ਇੱਥੇ ਲਿਖ ਸਕਦਾ, ਜੇ ਇੱਕ ਵਾਰੀ ਕੁਛ ਲਿਖਿਆ ਗਿਆ ਨਾ ਫਿਰ ਦੁਬਾਰਾ ਐਡਿਟ ਨਹੀਂ ਹੋਣਾ। ਸੋ ਇਸ ਵੇਲੇ ਬੱਚੇ ਨੂੰ ਆਪਣੇ ਉਹ ਰਾਸਤਾ ਦਿਵੋ ਜਿਹੜਾ ਬੱਚਾ ਆਪ ਡਿਸਾਈਡ ਕਰੇ ਆਪਣੀ ਪੜ੍ਹਾਈ ਕੰਪਲੀਟ ਤੋਂ ਕਰਨ ਤੋਂ ਬਾਅਦ ਕਿ ਮੇਰੇ ਕੋਲ ਸਿਰਫ ਉਹਦੇ ਕੋਲ ਇੱਕ ਰਾਸਤਾ ਨਾ ਬਚੇ, ਉਹਦੇ ਕੋਲ ਮਲਟੀਪਲ ਆਪਸ਼ਨਸ ਹੋਣ, ਕਿੰਨੇ ਰਾਸਤੇ ਜਿਹੜੇ ਹੋਣ, ਫਿਰ ਜਿਹੜਾ ਕਿ ਉਹ ਚੂਜ਼ ਕਰੇ। ਸਭ ਤੋਂ ਪਹਿਲਾਂ ਤਾਂ ਅੱਜ ਮੈਂ ਬੱਚਿਆਂ ਨੂੰ ਵੀ ਕਹੂੰਗਾ, ਪੇਰੈਂਟਸ ਨੂੰ ਵੀ ਕਹੂੰਗਾ, ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ, ਬੱਚਿਆਂ ਨੂੰ ਕਹੂੰਗਾ ਜਿਹੜੀ ਮਰਜ਼ੀ ਮੇਰਾ ਵੀਰ ਪੜ੍ਹਾਈ ਲੈ ਲਾ, ਇੱਕੋ ਚੀਜ਼ ਦਾ ਖਿਆਲ ਰੱਖੀ, ਰੈਲੇਵੈਂਸੀ ਦਾ, ਤਾਂ ਕਿ ਉਹਦੇ PR ਦੇ ਪੁਆਇੰਟਸ ਵਾਸਤੇ ਸੌਖਾ ਹੋਵੇ। ਦੂਜੀ ਚੀਜ਼ ਆ, ਇੰਨਾ ਮਿਹਨਤ ਨਾਲ ਪੜ੍ਹਾਈ ਕਰ, ਕਾਲਜ ਦੇ ਨਾ ਉੱਥੇ ਪ੍ਰੋਸਪੈਕਟਸ ਜਾਂ ਬੋਰਡ 'ਤੇ ਤੁਹਾਡੀ ਜਿਹੜੀ ਫੋਟੋ ਲੱਗਣੀ ਚਾਹੀਦੀ ਆ, ਇੰਨੇ ਵਧੀਆ ਜਿਹੜੇ ਕਿ ਨੰਬਰ ਜਿਹੜੇ ਕਿ ਉੱਥੇ ਲੈ ਜਾ, ਤਾਂ ਕਿ ਆ ਜਿਹੜੀਆਂ ਚੀਜ਼ਾਂ ਦੀ ਲੋੜ ਹੀ ਨਾ ਪਵੇ। ਕੈਨੇਡਾ ਨੂੰ ਹਰ ਤਰ੍ਹਾਂ ਦੇ ਬੰਦੇ ਚਾਹੀਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਇਹ ਖੁੱਲਦੀਆਂ ਰਹਿੰਦੀਆਂ, ਬੰਦ ਹੁੰਦੀਆਂ ਰਹਿੰਦੀਆਂ। ਸੋ ਮੈਂ ਇਸ ਚੀਜ਼ ਦੇ ਬਿਲਕੁਲ ਫੇਵਰ ਦੇ ਵਿੱਚ ਨਹੀਂ ਹਾਂ। ਇਹ ਕੋਰਸ ਤਾਂ ਲਓ ਜੇ ਮੇਰਾ ਪਰਟੀਕੁਲਰ ਇੰਟਰਸਟ ਆ, ਮੈਂ ਲਿਟਰਲੀ ਕਰਨਾ ਚਾਹੁੰਦਾ ਵਾਂ, ਮੈਨੂੰ ਸ਼ੌਕ ਆ, ਮੇਰੀ ਹੈਬਿਟ ਆ, ਮੇਰੀ ਹੋਬੀ ਹੈਗੀ ਆ, ਫਿਰ ਮੈਂ ਇਹ ਚੀਜ਼ਾਂ ਲਵਾਂ। ਐਵੇਂ ਕਿਸੇ ਦੇ ਕਹਿ ਦੇ ਇਹ ਚੀਜ਼ਾਂ ਦੇ ਮੈਂ ਫੇਵਰ ਦੇ ਵਿੱਚ ਹੀ ਨਹੀਂ ਹੈਗੀਆਂ, ਖਾਸ ਤੌਰ 'ਤੇ +2 ਵਾਲੇ ਬੱਚੇ। ਮੈਂ ਤਾਂ ਪਰਸਨਲੀ, ਮੇਰਾ ਕਿੱਤਾ, ਮੇਰਾ ਜਿਹੜਾ ਕੀ ਹੈਗਾ, ਮੇਰਾ ਵੀ ਜਿਹੜਾ ਕਾਰੋਬਾਰ ਆ ਬਾਹਰ ਭੇਜਣ ਨਾਲ ਚੱਲਦਾ, ਮੈਂ ਤਾਂ ਬਿਲਕੁਲ ਐਡਵਾਈਸ ਕਰਦਾ ਵਾਂ ਸਟੂਡੈਂਟ ਜੇ +2 ਤੋਂ ਬਾਹਰ ਭੇਜਣਾ, ਉੱਧਰ ਤਾਂ ਗ੍ਰੈਜੂਏਸ਼ਨ ਕਰਕੇ ਵੀ ਉਹ ਤਾਂ ਨਿਆਰੇ ਆ, ਟੈਨਸ਼ਨ ਹੀ ਨਹੀਂ, PR ਵੀ ਸੌਖੀ ਮਿਲਣੀ, ਕਿਤੇ ਨੱਠਣਾ ਨਹੀਂ ਪੈਣਾ, ਪੁਆਇੰਟ ਵੱਜ ਜਾਣੇ ਆ, ਕਿਉਂਕਿ ਕੈਨੇਡਾ ਇਕੱਲੀ ਇਕੱਲੀ ਚੀਜ਼ ਦੇ ਨਾ ਪੁਆਇੰਟ ਤੁਹਾਨੂੰ ਦਿੰਦਾ, ਤੁਹਾਡੀ ਉਮਰ ਦੇ, ਤੁਹਾਡੀ ਪੜ੍ਹਾਈ ਦੇ, ਤੁਹਾਡੀ ਲੈਂਗੁਏਜ ਦੇ, ਤੁਹਾਡੇ ਕੋਲ ਵਰਕ ਐਕਸਪੀਰੀਅੰਸ ਦੇ। ਜਦੋਂ ਆਪਾਂ PR ਲੈਣੀ, ਕੋਈ ਸਿਫਾਰਿਸ਼ ਨਹੀਂ ਚੱਲਣੀ ਰਿਸ਼ਤੇਦਾਰਾਂ ਦੀ, ਕੋਈ ਕਿਸੇ MP ਦੀ ਲੈਟਰ ਦੀ, ਕਿਸੇ ਦੀ ਕੁਛ ਨਹੀਂ ਹੋਣੀ, ਸਿਰਫ ਜੋ ਤੁਸੀਂ ਸੱਚੇ ਅਸਲੀਅਤ 'ਚ ਕੀਤਾ ਉਹਦੇ ਤੁਹਾਨੂੰ ਪੁਆਇੰਟ ਮਿਲਣੇ ਆ। ਸੋ ਜਾਂ ਤਾਂ ਗ੍ਰੈਜੂਏਸ਼ਨ ਕਰਕੇ ਜਾਓ, ਨਹੀਂ ਗ੍ਰੈਜੂਏਸ਼ਨ +2 ਬਾਅਦ ਜਾਣਾ, ਬਿਲਕੁਲ ਜਾਣਾ ਚਾਹੀਦਾ, ਜਾਓ। ਹਜ਼ਾਰਾਂ ਲੱਖਾਂ ਬੱਚਾ ਜਾ ਚੁੱਕਾ, ਆਪਣੀ ਜਿਹੜੀ ਕਿ ਲੱਖਾਂ ਹੀ ਜਾ ਚੁੱਕਾ, ਹਜ਼ਾਰਾਂ ਦਾ ਕੀ ਕਹੂੰਗਾ ਮੈਂ, ਜ਼ਿੰਦਗੀ ਬਣਾ ਚੁੱਕਾ। ਪਰ ਇਸ ਵੇਲੇ ਪਤਾ ਕੀ ਉਹ ਆ ਕਿ ਮੈਂ ਆਪਣੇ ਰਿਸ਼ਤੇਦਾਰਾਂ, ਮੇਰਾ ਫਰੈਂਡ ਸਰਕਲ,
ਆਹ ਵਾਲੀ ਲੋਕੇਸ਼ਨ 'ਚ ਕੋਰਸ ਇਹ ਚੀਜ਼ਾਂ ਛੱਡ ਦਿਓ, ਨਹੀਂ ਤਾਂ ਤੰਗ ਹੋਊਗੇ। ਕਿਉਂਕਿ ਇਸ ਵੇਲੇ ਬੱਚਾ ਫਸਿਆ ਪਤਾ ਕਿਹੜਾ, ਜਿਹੜਾ ਬੱਚਾ ਹੁਣ ਵਰਕ ਪਰਮਿਟ ਖਤਮ ਹੋਣ ਵਾਲਾ ਨਾ, ਜਿਹੜਾ 24-25 'ਚ ਹੋਣਾ, ਉਹ ਬੱਚਾ ਫਸਿਆ। ਉਹ ਬੱਚਾ ਕਿਹੜਾ ਫਸਿਆ, ਜਿਹੜੇ ਉੱਥੇ ਆ ਕੇ ਕਾਲਜ ਚੇਂਜ ਕੀਤੇ, ਸ਼ਾਰਟਕੱਟ ਮਾਰੇ, ਦੋ ਦੋ ਦਿਨ ਵਾਲੇ ਕਾਲਜ ਲਏ, ਉਹ ਤਕਰੀਬਨ ਇਸ ਵੇਲੇ ਬੱਚਾ ਸਫ਼ਰ ਕਰ ਰਿਹਾ, ਜਿਹਨੂੰ ਮਤਲਬ ਕਹੂੰਗਾ ਕੀ ਆ ਇਸ ਵੇਲੇ ਇੰਟਰਨਲ ਪੋਲੀਟਿਕਸ ਕੈਨੇਡਾ ਦੀ ਨਾ, ਜਿਹੜਾ ਉਹਨੂੰ ਫੇਸ ਕਰਨਾ ਪੈ ਰਹੀਆਂ ਚੀਜ਼ਾਂ ਦਾ, ਕਿ ਹਾਂ ਵੀ ਇਲੈਕਸ਼ਨਸ ਵੀ ਆਉਣ ਵਾਲੇ ਆ, ਰੂਲਸ ਚੇਂਜ ਹੋਣ ਵਾਲੇ ਆ, ਜਾਂ ਹੋ ਜਾਣਗੇ ਇੱਕ ਦੂਜੇ ਕਰ ਸਟੇਟਮੈਂਟ ਦਿੱਤੀਆਂ ਜਾ ਰਹੀਆਂ, ਉਹ ਬੱਚਾ ਸਫ਼ਰ ਕਰ ਰਿਹਾ। ਸੋ ਮੈਂ ਤਾਂ ਇੱਕ ਨਵੇਂ ਬੱਚੇ ਨੂੰ ਐਡਵਾਈਸ ਦੇਣਾ ਚਾਹੂੰਗਾ, ਮੈਂ ਵੀਰ ਕੋਰਸ ਉਹ ਲੈ ਕੇ ਜਾਓ ਜਿਹੜਾ ਤੁਹਾਨੂੰ ਇਨ ਫਿਊਚਰ ਦੇ ਵਿੱਚ ਇੱਕ ਲਾਈਨ ਵੱਖਰਾ ਕਰੇ। ਮੈਂ ਅੱਗੇ ਵੀ ਬੱਚਿਆਂ ਨੂੰ ਕਹਿੰਦਾ ਹੁੰਦਾ, ਮੈਂ ਡਿਗਰੀ ਕੀਤੀ ਆ, ਤੁਹਾਡੇ ਪੇਰੈਂਟਸ ਨੇ ਡਿਪਲੋਮਾ ਕੀਤਾ, ਕਿਹਨੂੰ ਕੰਮ 'ਤੇ ਰੱਖੋਗੇ? ਬੱਚਾ ਜਿੰਨਾ ਮਰਜ਼ੀ ਆਪਣੇ ਮਾਪੇ ਨੂੰ ਪਿਆਰ ਕਰਦਾ ਹੋਵੇ, ਇੱਕ ਸੈਕਿੰਡ 'ਚ ਕਹਿੰਦਾ ਸਰ ਤੁਹਾਨੂੰ ਕਿਉਂਕਿ ਤੁਸੀਂ ਡਿਗਰੀ ਰੱਖੀ ਹੈ। ਦੇਖੋ ਪੜ੍ਹਾਈ ਕਿੱਡੀ ਵੱਡੀ ਚੀਜ਼, ਆਪਣੇ ਮਾਪਿਆਂ ਤੱਕ ਨੂੰ ਛੱਡਤਾ, ਜਿਹੜਾ ਉੱਥੇ ਲੱਖਾਂ ਰੁਪਏ ਲਾ ਰਿਹਾ, ਮੈਂ ਤਾਂ ਉਹ ਤੋਂ ਪੈਸੇ ਕਮਾਉਣੇ ਆ ਨਾ, ਮੇਰੇ ਤੋਂ ਵੀਜ਼ਾ ਲੱਗੂ, ਮੈਂ ਤਾਂ 4 ਪੈਸੇ ਬਚਣੇ ਆ। ਤੋ ਇਸ ਚੀਜ਼ ਦਾ ਮੈਂ ਤਾਂ ਕਹੂੰਗਾ ਪੜ੍ਹਾਈ, ਹਾਂ ਕਹਿੰਦੇ ਨਾ ਸਲਾਹ ਦੇਣੀ ਬੜੀ ਸੌਖੀ, ਜੋ ਮੈਂ ਤਾਂ ਦੇ ਰਿਹਾ, ਕੈਨੇਡਾ 'ਚ 1 ਸਾਲ ਦਾ ਸਰਟੀਫਿਕੇਟ ਕੋਰਸ, 2 ਸਾਲ ਦਾ ਡਿਪਲੋਮਾ, 3 ਸਾਲ ਦਾ ਐਡਵਾਂਸ ਡਿਪਲੋਮਾ, 4 ਸਾਲ ਦੀ ਜਿਹੜੀ ਡਿਗਰੀ ਹੈਗੀ ਆ। ਮੈਂ ਤਾਂ ਕਹਿੰਦਾ ਡਿਗਰੀ ਲੈ ਜਾਓ, ਉੱਪਰ ਡਿਗਰੀ ਯਾਰ ਫੀਸ ਕੌਣ ਦਊਗਾ, 4 ਸਾਲ ਦੀ ਦੇ ਦੇਗਾ ਸਾਹਮਣੇ ਵਾਲਾ ਬੰਦਾ? ਬਿਲਕੁਲ ਬਹੁਤ ਔਖਾ ਜੀ। ਸੋ ਇਸ ਲਈ ਮੈਂ ਤਾਂ ਕਹੂੰਗਾ ਜੇ ਤਾਂ ਓਨਟਾਰੀਓ ਜਾਣਾ, 3 ਸਾਲ ਦੇ ਕੋਰਸ ਲੈ ਲਓ, ਬਿਲਕੁਲ ਫਾਇਦਾ ਤੁਹਾਨੂੰ ਹੋਊਗਾ। ਕਈ ਵਾਰੀ ਬੱਚੇ ਉੱਥੋਂ ਲੈ ਕੇ ਜਾਂਦੇ ਆ, ਬਾਅਦ 'ਚ ਉੱਥੇ ਚੇਂਜ ਕਰ ਲੈਂਦੇ ਆ, ਅਤੇ ਮੈਂ ਨਾ ਤੁਹਾਨੂੰ ਕਈ ਬੱਚਿਆਂ ਨਾਲ ਗੱਲ ਕਰਾ ਸਕਦਾ ਜਿਹੜੇ ਇਸ ਵੇਲੇ ਪਛਤਾ ਰਹੇ, ਸਰ ਸਹੀ ਰਸਤੇ ਗਏ ਸੀ, ਐਵੇਂ ਚੇਂਜ ਕਰ ਲਿਆ। ਕਿਉਂਕਿ ਨਾ ਹਰ ਚੀਜ਼ ਦੇ ਪੁਆਇੰਟ ਮਿਲਣੇ ਆ, ਜੇ 1 ਸਾਲ ਜ਼ਿਆਦਾ ਕੀਤਾ ਨਾ ਐਡਵਾਂਸ ਡਿਪਲੋਮਾ ਕੀਤਾ, ਇਹਦੇ ਵੀ 15 ਪੁਆਇੰਟ ਮੈਨੂੰ ਜ਼ਿਆਦਾ ਮਿਲ ਜਾਣੇ ਐਡਵਾਂਸ ਡਿਪਲੋਮੇ ਦੇ। ਜਦੋਂ ਕੰਮ ਕਰਨ ਨਾ, ਇਹੀ ਚੀਜ਼ਾਂ ਉੱਥੇ ਵੀ ਹੋਣੀਆਂ, ਡਿਪਲੋਮਾ ਕੀਤਾ, ਐਡਵਾਂਸ ਡਿਪਲੋਮਾ ਕੀਤਾ, ਐਡਵਾਂਸ ਡਿਪਲੋਮੇ ਨੂੰ ਪਹਿਲਾਂ ਲਾਈਨ 'ਚ ਰੱਖਿਆ ਜਾਏਗਾ। ਐਡਵਾਂਸ ਡਿਪਲੋਮਾ ਕੀਤਾ ਹੋਇਆ ਵਾ, ਅਤੇ ਜਦੋਂ ਤੁਸੀਂ ਜੋਬ ਜਾਣਾ ਵਾ, ਉਦੋਂ ਵੀ ਤੁਹਾਨੂੰ ਪ੍ਰਾਇਓਰਿਟੀ ਹੈਗੀ ਆ, ਉੱਪਰੋਂ ਤੁਹਾਡਾ ਸਕਿੱਲ ਵੀ ਜਿਹੜਾ ਕਿ ਇਨਹਾਂਸ ਹੋਣਾ, ਮਤਲਬ ਕਿ ਤੁਸੀਂ ਇੱਕ ਲਾਈਨ ਤੋਂ ਪਹਿਲਾਂ ਹੀ ਵੱਖਰੇ ਹੋ ਗਏ। ਜੇ ਤਾਂ BCE ਜਾਣਾ ਵਾ, ਡੈਫੀਨੇਟਲੀ ਮੈਂ ਤਾਂ ਹਰ ਬੱਚੇ ਨੂੰ ਕਹੂੰਗਾ ਐਸੋਸੀਏਟ ਡਿਗਰੀ ਨੂੰ ਲੈ। ਐਸੋਸੀਏਟ ਡਿਗਰੀ ਤੂੰ ਆਰਟਸ ਵਿੱਚ ਲੈ ਸਕਦਾ, ਇਕਨੋਮਿਕਸ ਲੈ ਸਕਦਾ, ਵੱਖਰੀ ਵੱਖਰੀ ਤਰ੍ਹਾਂ ਦੀਆਂ ਸਪੈਸ਼ਲਾਈਜੇਸ਼ਨ ਆ, ਮੈਥ, ਕੰਪਿਊਟਰ ਸਾਇੰਸ ਹੈਗੀਆਂ, ਵੱਖਰੀਆਂ ਵੱਖਰੀਆਂ ਹੈਗੀਆਂ, ਐਸੋਸੀਏਟ ਆਫ ਸਾਇੰਸ ਵੀ ਹੈਗੀ ਆ। ਸੋ ਆਪਣੀ ਹਰ ਫੀਲਡ ਨਾਲ ਤੁਸੀਂ ਐਸੋਸੀਏਟ ਡਿਗਰੀ ਲੈ ਸਕਦੇ ਆ। ਐਸੋਸੀਏਟ ਡਿਗਰੀ ਕੀ ਹੈਗੀ ਆ? ਬੇਸਿਕਲੀ ਅਮੈਰੀਕਾ ਦਾ ਕਨਸੈਪਟ ਆ, ਅੱਧੀ ਡਿਗਰੀ ਜਿਹਨੂੰ ਕਹਿ ਲੈਂਦੇ ਆ, ਹਾਂ ਤੂੰ ਅੱਧੀ ਡਿਗਰੀ ਕਰ ਲਾ, ਫਿਰ ਮਾਰਕੀਟ ਦਾ ਐਕਸਪੀਰੀਅੰਸ ਲੈ ਲਾ, ਫਿਰ ਜੇ ਤੂੰ ਪੜ੍ਹਨਾ ਪੜ੍ਹ ਲੈਂਦੀ ਤਾਂ ਤੇਰੀ ਮਰਜ਼ੀ ਆ। ਐਸੋਸੀਏਟ ਡਿਗਰੀ ਕਰਦੇ ਆ, ਇਹ 2 ਸਾਲ ਦੀ ਹੈਗੀ ਆ, ਤੁਸੀਂ ਨਾਲ ਦੀ ਨਾਲ ਜੇ ਪੜ੍ਹਦੇ ਆ 3 ਸਾਲ ਸਿੱਧੀ ਐਡਮਿਸ਼ਨ ਆ, ਨਹੀਂ ਵੀ ਪੜ੍ਹਨਾ ਵਰਕ ਪਰਮਿਟ ਲੈ ਕੇ 3 ਸਾਲ ਦਾ, ਆਪਣਾ ਆਪਣੇ 4 ਪੈਸੇ ਕਮਾ ਕੇ, ਮਾਰਕੀਟ ਦਾ ਐਕਸਪੀਰੀਅੰਸ ਲੈ ਕੇ, PR ਤੋਂ ਬਾਅਦ ਵੀ ਜੇ ਪੜ੍ਹਨਾ ਨਾ, ਸਿੱਧੀ ਜਿਹੜੀ ਕਿ 3 ਸਾਲ 'ਚ ਜਿਹੜੀ ਐਡਮਿਸ਼ਨ ਹੋਊਗੀ, ਜਿਹਦਾ ਕਿ ਸਭ ਤੋਂ ਵੱਡਾ ਫਾਇਦਾ ਵਾ। ਐਡਵਾਂਸ ਡਿਪਲੋਮਾ ਕਰਦੇ ਨਾ ਘੱਟੋ ਘੱਟ 2 ਸਾਲ ਜ਼ਰੂਰ ਮਾਫ਼ ਹੁੰਦੇ ਆ, ਜੇ ਡਿਗਰੀ ਕਰਨੀ ਸਿੱਧਾ 3 ਸਾਲ ਬਾਅਦ ਜਾਂਦੇ ਆ। ਮੀਨਸ ਜਿਹੜੀ ਪਹਿਲੀ ਪੜ੍ਹਾਈ ਕੀਤੀ ਆ, ਪਹਿਲੀ ਮਿਹਨਤ ਕੀਤੀ ਆ ਨਾ, ਮੈਂ ਮਾਪਿਆਂ ਦੇ ਪੈਸੇ ਲੱਗੇ, ਮੈਂ ਵੀ ਟਾਈਮ ਲਾਇਆ, ਉਹਦਾ ਮੈਨੂੰ ਲੌਂਗ ਟਰਮ 'ਚ ਜਿਹੜਾ ਕੀ ਆ ਫਾਇਦਾ ਜ਼ਰੂਰ ਹੋਊਗਾ। ਨਾ ਕਿ ਸਿੰਪਲ ਡਿਪਲੋਮਿਆਂ ਦੇ ਵਿੱਚ ਕੁਛ ਨਹੀਂ ਹੋਣਾ ਬੇਟਾ, ਉੱਥੇ ਰਹਿ ਜਾਣਾ, ਦੁਬਾਰਾ ਕਹਿੰਦੇ ਨਾ ਡਿਗਰੀ ਕਰਨੀ ਪਈ, ਹੁਣੇ ਨਹੀਂ ਹੈਗੀ। ਅਤੇ ਕਈ ਜਣੇ ਕਹਿੰਦਾ ਡਿਗਰੀ ਕਰਕੇ ਕਰਨਾ ਕੀ ਆਪਾਂ, ਸੈਟਲਮੈਂਟ ਲੈਣਾ। ਮੈਂ ਤਾਂ ਕਹਿੰਦਾ ਬੇਟਾ, ਅੱਜ ਜਿਹੜੀ ਮੈਂ ਨਾ ਸਵਾਲ ਪੁੱਛਿਆ ਸੀਗਾ ਕਿਹਨੂੰ ਕੰਮ 'ਤੇ ਰੱਖੇਗਾ, ਇਹ ਪੜ੍ਹਾਈ ਹੀ ਹੈ ਇੱਕ ਜਿਹੜੀ ਨਾ ਸਾਈਡ 'ਤੇ ਤੁਹਾਨੂੰ ਦੁਨੀਆ ਤੋਂ ਸਾਈਡ 'ਤੇ ਰੱਖਦੀ ਆ। ਆ ਮੇਰੇ ਵਰਗਾ ਲਗਾਤਾਰ ਇੰਨੇ ਸਾਲਾਂ ਤੋਂ ਲਗਾਤਾਰ ਬੋਲੀ ਆਉਂਦਾ ਪਿਆ, ਕੰਮ ਤਾਂ ਚਲੋ ਮੈਂ ਇਮੀਗ੍ਰੇਸ਼ਨ ਦਾ ਕਰਦਾ, ਬਟ ਕਿਉਂ ਆ ਅੰਦਰ ਪੜ੍ਹਾਈ ਬੋਲਦੀ ਆ? ਹਜ਼ਾਰਾਂ ਹੀ ਬੱਚਾ ਵਾ ਸਾਡੇ ਕੋਲ ਜਿਹੜਾ ਰਿਫਿਊਜ਼ਲ ਜਦੋਂ ਲੱਗ ਗਿਆ, ਇਹ ਮਾਰਕੀਟ ਨੇ ਕਹਿੰਦੇ ਕੈਨੇਡਾ ਬੰਦ, ਹੁਣ ਨਹੀਂ ਜਾਂਦੇ, ਸਾਰੇ UK ਚਲੋ, ਅਸੀਂ ਖੜ੍ਹੇ ਰਹੇ, ਅਤੇ ਹਜ਼ਾਰਾਂ ਹੀ ਬੱਚਾ ਸਾਡੇ ਕੋਲ ਵੀਜ਼ਾ ਲੈ ਕੇ ਗਿਆ। ਕਿਉਂ ਲੈ ਕੇ ਗਿਆ? ਅੰਦਰ ਪੜ੍ਹਾਈ ਸੀਗੀ, ਐਕਸਪੀਰੀਅੰਸ ਹੈਗਾ। ਸੋ ਪੜ੍ਹਾਈ ਹੀ ਸਭ ਕੁਛ ਹੈ, ਮੈਂ ਤਾਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ, ਨਹੀਂ ਤਾਂ ਕਿਤੇ ਨਾ ਕਿਤੇ ਜਿੰਨਾ ਕੰਪੀਟੀਟਿਵ ਯੁੱਗ ਆ ਨਾ, ਆਪਾਂ ਲਾਈਨਾਂ ਤੋਂ ਪਿੱਛੇ ਹਟ ਜਾਂਗੇ, ਤੁਹਾਡੇ ਬੱਚਿਆਂ ਦਾ ਨੁਕਸਾਨ ਜ਼ਰੂਰ ਹੋ ਸਕਦਾ। ਸੋ ਮੈਂ ਉਮੀਦ ਕਰਦਾ ਵਾਂ ਐਜੂਕੇਸ਼ਨ ਨੂੰ ਤਵੱਜੋ ਦਿਓਗੇ, ਕੈਨੇਡਾ ਚੱਲੇ ਆ ਪੜ੍ਹਨ ਲਈ, ਆ 2 ਸਾਲ 3 ਸਾਲ ਔਖੇ ਸੌਖੇ ਕੱਢ ਲੈਣਾ, ਸਾਰੀ ਜ਼ਿੰਦਗੀ ਸਵਰਗ ਬਣ ਜਾਣੀ ਆ। ਸੋ ਕਰੀਅਰ ਕਾਉਂਸਲਿੰਗ ਲੈ ਕੇ ਜਾਓ,
ਪਿਨੈਕਲ ਦੀ ਟੀਮ ਕੋਲ ਜ਼ਰੂਰ ਆਓ, ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਮਿਲੋ, ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਦਿਨ ਜਿਹੜੀ ਆਪਣੀ ਕਿਸਮਤ ਆ ਸਾਡੇ ਹੱਥਾਂ 'ਚ ਦੇ ਕੇ ਜਾਓ। ਬਹੁਤ ਬਹੁਤ ਧੰਨਵਾਦ ਜੀ। ਸੋ ਬਹੁਤ ਹੀ ਮਹੱਤਵਪੂਰਨ ਟੋਪਿਕ ਸੀ ਔਰ ਉਸੇ ਤਰ੍ਹਾਂ ਮਹੱਤਵਪੂਰਨ ਤੀਰਥ ਜੀ ਨੇ ਜਵਾਬ ਦੇ ਕੇ ਇਸ ਵੀਡੀਓ ਨੂੰ ਬੜਾ ਇੰਪੋਰਟੈਂਟ ਬਣਾ ਦਿੱਤਾ। ਸੋ ਜ਼ਰੂਰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਔਰ 85578 85578 'ਤੇ ਤੀਰਥ ਜੀ ਦੇ ਨਾਲ ਨਿੱਜੀ ਤੌਰ 'ਤੇ ਗੱਲ ਕਰੋ, ਹੋਰ ਜਾਣਕਾਰੀ ਹਾਸਲ ਕਰੋ, ਪੂਰੀ ਕਲੈਰਿਟੀ ਲਓ। ਧੰਨਵਾਦ ਜੀ।